ਬਠਿੰਡਾ ਦੇ ਜਿੰਨੀਆਂ ਵੀ ਕਾਰਾਂ ਨੇ ਜਿਹੜੇ ਡਰਾਈਵਰ ਨੇ ਉਹ ਇਸ ਵਕਤ ਬਿਲਕੁਲ ਵਿਹਲੇ ਬੈਠੇ ਕਿਉਂਕਿ ਹਿਮਾਚਲ ਦੇ ਵਿੱਚ ਜਿਹੜਾ ਡਿਸਪਿਊਟ ਹੋਇਆ ਉਸ ਤੋਂ ਬਾਅਦ ਕੋਈ ਵੀ ਡਰਾਈਵਰ ਆਪਣੀ ਗੱਡੀ ਲੈ ਕੇ ਜਾਣ ਨੂੰ ਤਿਆਰ ਨਹੀਂ ਹੈਗਾ। ਪਹਿਲਾਂ ਤਾਂ ਮਾੜੇ ਮੋਟੇ ਜਿਹੜੇ ਸ਼ਰਾਰਤੀ ਅੰਸਰ ਹੈ ਉਹ ਸ਼ਰਾਰਤਾਂ ਕਰਦੇ ਸੀਗੇ, ਪਰ ਹੁਣ ਹਿਮਾਚਲ ਦੇ ਜਿਹੜੇ ਵੀ ਉੱਥੇ ਹੈਗੇ ਟੈਕਸੀ ਵਾਲੇ ਹੈ ਉਹ ਵੀ ਧੱਕਾ ਕਰਨ ਲੱਗ ਗਈ ਹੈ। ਟਰੈਵਲਰ ਜਿਹੜੀਆਂ ਵੱਡੀਆਂ ਗੱਡੀਆਂ ਇਹ ਵੀ ਸਾਰੀਆਂ ਖੜੀਆਂ, ਡਰਾਈਵਰ ਵਿਹਲੇ ਨੇ। 10 ਤੋਂ 15 ਦਿਨ ਦਾ ਜਿਹੜਾ ਸਮਾਂ ਹੋ ਚੁੱਕਿਆ ਇਹਨਾਂ ਨੂੰ ਗੱਡੀਆਂ 'ਚ ਕਿਰਾਇਆ ਨੂੰ, ਰੋਜ਼ ਸਵੇਰੇ ਆਉਂਦੇ ਨੇ, ਸਵੇਰੇ ਆ ਕੇ ਇਸੇ ਤਰੀਕੇ ਨਾਲ ਗੱਡੀਆਂ ਕਢਾ ਕੇ ਸ਼ਾਮ ਨੂੰ ਗੱਡੀਆਂ ਤੋਂ ਵਾਪਸ ਹੋ ਜਾਂਦੀਆਂ। ਸਾਥੀ ਕੋਈ ਡਰਾਈਵਰ ਗਿਆ ਹੋਊਗਾ ਕੀ ਦੱਸਦੇ ਕੀ ਹੈ, ਰੋਕ ਲੈਂਦੇ ਗੱਡੀਆਂ, ਸਾਈਡ ਨਹੀਂ ਦਿੰਦੇ? ਹਾਂਜੀ, ਉਹ ਸਾਈਡ ਨਹੀਂ ਦਿੰਦੇ ਗੇ, ਜਾਣ ਬੁੱਝ ਕੇ ਮੂਹਰੇ ਕੱਟ ਮਾਰਦੇ ਹੈਗੇ ਜੀ, ਫਿਰ ਉਹਨੂੰ ਡਰਾਈਵਰ ਦੇ ਕੁੱਟ ਮਾਰ ਕਰਦੇ ਆ, ਗੱਡੀਆਂ ਦੀ ਤੋੜ ਭੰਨ ਕਰਦੇ ਜੀ, ਬਹੁਤ ਨੁਕਸਾਨ ਹੋ ਜਾਂਦਾ ਜੀ। ਉਹਨਾਂ ਦੇ ਮਨਾਂ ਦੇ ਵਿੱਚ ਕਿਤੇ ਕਿਤੇ ਡਰ ਪੈਗਾ ਵੀ ਆਖਿਰ ਖਾਂ ਜੇ ਅਸੀਂ ਗੱਡੀ ਲੈ ਕੇ ਜਾਂਦੇ ਹਾਂ ਤਾਂ ਸਾਡੇ ਉੱਤੇ ਕੋਈ ਹਮਲਾ ਨਾ ਕਰਦੇ, ਤਾਂ ਇਸੇ ਡਰ ਨੂੰ ਲੈ ਕੇ ਹਿਮਾਚਲ ਦੇ ਵਿੱਚ ਪੰਜਾਬ ਦੀ ਕੋਈ ਵੀ ਜਿਹੜੀ ਗੱਡੀ ਹੈ ਡਰਾਈਵਰ ਲੈ ਕੇ ਨਹੀਂ ਜਾ ਰਹੇ। ਕਿੰਨਾ ਡਰ ਹੈਗਾ ਮਨ ਦੇ ਵਿੱਚ, ਗੱਡੀਆਂ ਵੀ ਸਾਰੀਆਂ ਬੰਦ ਹੋ ਗਈਆਂ? ਡਰ ਤਾਂ ਬਾਈ ਜੀ ਹੁਣ ਹੈਗਾ ਹੀ ਹੈ ਜੀ, ਹੁਣ ਇੱਕ ਬੰਦੇ ਨੂੰ 10-10 ਜਾਣੇ ਵੀ ਤੋਂ ਪੈ ਜਾਂਦੇ ਆ, ਤੇ ਉਹਦੇ ਕਰਕੇ ਡਰ ਤਾਂ ਲੱਗਦਾ ਜੀ ਹੁਣ ਵੀ ਚੰਗੇ ਚੰਗੇ ਹੱਟੇ ਕੱਟੇ ਮੁੰਡੇ ਸਾਡੇ ਜਦੋਂ ਰੋਂਦੇ ਦੇਖਦੇ ਆ ਅਸੀਂ, ਹਨਾ, ਸੱਟਾਂ ਲੱਗੇ ਜਾਂ ਦੇਖਦੇ ਉਹਨਾਂ ਦੇ, ਤੇ ਡਰ ਤਾਂ ਪੈਂਦਾ ਹੀ ਆ ਜੀ। ਹੁਣ ਇਕੱਲੇ ਬੰਦਾ ਉੱਧਰ ਕੁਛ ਨੀ ਬਣਦਾ ਜੀ, 10 ਜਾਣੇ ਆਪਾਂ ਨੂੰ ਕੋਈ ਪੈ ਜਾਣ ਤੇ ਇਕੱਲੇ ਬੰਦਾ ਕੁਛ ਨੀ ਬਣਦਾ। ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਤੇ ਮੈਂ ਹਾਂ ਅਮਿਤ ਸ਼ਰਮਾ। ਰੋਹਤਾਂਗ ਬਾਰਾਮੂਲਾ ਰੋਡ ਦੇ ਉੱਤੇ ਇੱਕ ਡਿਸਪਿਊਟ ਹੋਇਆ ਸੀਗਾ ਪੰਜਾਬ ਦੇ ਡਰਾਈਵਰਾਂ ਦਾ ਹਿਮਾਚਲ ਦੇ ਡਰਾਈਵਰਾਂ ਦੇ ਨਾਲ। ਉਸ ਡਿਸਪਿਊਟ ਤੋਂ ਬਾਅਦ ਲਗਾਤਾਰ ਇਹ ਮਾਮਲਾ ਵੱਧਦਾ ਜਾ ਰਿਹਾ, ਕਈ ਘਟਨਾਵਾਂ ਉਸ ਤੋਂ ਬਾਅਦ ਸਾਹਮਣੇ ਆ ਗਈਆਂ, ਕਈ ਵੀਡੀਓਜ਼ ਵੀ ਸਾਹਮਣੇ ਆ ਗਈਆਂ ਜਿੱਥੇ ਅਸੀਂ ਦੇਖਿਆ ਕਿ ਜਿਹੜੀ ਪੰਜਾਬ ਤੋਂ ਗੱਡੀ ਜਾਂਦੀ ਹੈ ਉਸ ਗੱਡੀ ਦੇ ਡਰਾਈਵਰ ਨਾਲ ਤੇ ਜਿਹੜੀਆਂ ਸਵਾਰੀ ਹੁੰਦੇ ਆ ਉੱਥੇ ਉਹਨਾਂ ਦੇ ਨਾਲ ਮਾਰਕੁੱਟ ਕੀਤੀ ਜਾਂਦੀ ਹੈ, ਗੱਡੀ ਭੰਨੀ ਜਾਂਦੀ ਹੈ। ਹਾਲਾਂਕਿ ਬਹੁਤ ਕੁਝ ਦੇਖਣ ਨੂੰ ਮਿਲ ਰਿਹਾ ਕਿ ਇਹ ਆਖਿਰਕਾਰ ਹੋ ਕੀ ਰਿਹਾ। ਪੰਜਾਬ ਦਾ ਜਿਹੜੇ ਲੋਕ ਹੈਗੇ ਟੂਰਿਜ਼ਮ ਦਾ ਵਾਸਤੇ ਸਭ ਤੋਂ ਵੱਧ ਹਿਮਾਚਲ ਦਾ ਟੂਰ ਰੱਖਦੇ ਆ, ਤਾਂ ਇਹ ਸੀਜ਼ਨ ਇਸ ਵਕਤ ਟੂਰ ਦਾ ਹੁੰਦਾ ਕਿਉਂਕਿ ਗਰਮੀਆਂ ਛੁੱਟੀਆਂ 'ਚ ਲੋਕ ਹਿਮਾਚਲ ਘੁੰਮਣ ਜਾਂਦੇ ਆ। ਪਰ ਜਿਹੜੀ ਇਹ ਘਟਨਾ ਹੋਈ ਹੈ ਉਸ ਘਟਨਾ ਤੋਂ ਬਾਅਦ ਪੰਜਾਬ ਦੇ ਜਿਹੜੇ ਡਰਾਈਵਰ ਹੈਗੇ ਆ ਉਹ ਕਾਫੀ ਜ਼ਿਆਦਾ ਡਰੇ ਹੋਏ ਆ। ਜੇਕਰ ਬਠਿੰਡਾ ਦੀ ਗੱਲ ਕਰੀਏ, ਬਠਿੰਡਾ ਦੇ ਜਿੰਨੀਆਂ ਵੀ ਕਾਰਾਂ ਨੇ ਜਿਹੜੇ ਡਰਾਈਵਰ ਨੇ ਉਹ ਇਸ ਵਕਤ ਬਿਲਕੁਲ ਵਿਹਲੇ ਬੈਠੇ ਆ ਕਿਉਂਕਿ ਹਿਮਾਚਲ ਦੇ ਵਿੱਚ ਜਿਹੜਾ ਡਿਸਪਿਊਟ ਹੋਇਆ ਉਸ ਤੋਂ ਬਾਅਦ ਕੋਈ ਵੀ ਡਰਾਈਵਰ ਆਪਣੀ ਗੱਡੀ ਲੈ ਕੇ ਜਾਣ ਨੂੰ ਤਿਆਰ ਨਹੀਂ ਹੈਗਾ। ਇੱਕ ਬਹੁਤ ਵੱਡਾ ਇਸ਼ੂ ਚੱਲ ਰਿਹਾ ਡਰਾਈਵਰਾਂ ਨੂੰ ਆਪਣੀ ਜਾਨ ਦਾ ਵੀ ਜਿਹੜਾ ਹੈਗਾ ਖਤਰਾ ਲੱਗਦਾ ਵੀ ਸਾਨੂੰ ਕਿਤੇ ਕੋਈ ਜਾਨੀ ਨੁਕਸਾਨ ਹੋਵੇ, ਸਾਡੀਆਂ ਗੱਡੀਆਂ ਨਾ ਭੰਨ ਦਿੱਤੇ ਜਾਣ। ਤਾਂ ਬਠਿੰਡਾ ਦੇ ਹਾਲਾਤ ਦਿਖਾਉਂਦੇ ਨੇ ਪੂਰੇ ਪੰਜਾਬ ਦੀ ਗੱਡੀਆਂ ਹੀ ਹਿਮਾਚਲ ਨਹੀਂ ਜਾ ਰਹੀਆਂ, ਤਾਂ ਕੋਈ ਆਪਣੇ ਰਿਸਕ ਤੇ ਜ਼ਰੂਰ ਜਾ ਰਿਹਾ ਹੋਊਗਾ ਡਰਾਈਵਰ। ਪਰ ਜਿੰਨੀਆਂ ਤਕਰੀਬਨ ਬਠਿੰਡੇ ਦੀ ਗੱਡੀਆਂ ਹੈਗੀਆਂ ਉਹ ਸਾਰੀਆਂ ਇਸ ਵਕਤ ਸਟੈਂਡ ਤੇ ਖੜੀਆਂ। ਲਿਬਰਟੀ ਚੌਂਕ ਦੇ ਵਿੱਚ ਟੈਕਸੀ ਸਟੈਂਡ ਹੈਗਾ, ਤਾਂ ਮੇਰੇ ਇੱਧਰ ਦੇਖ ਸਕਦੇ ਹੋ ਤੁਸੀਂ ਇਹ ਟਰੈਵਲਰ ਜਿਹੜੀਆਂ ਵੱਡੀਆਂ ਗੱਡੀਆਂ ਇਹ ਵੀ ਸਾਰੀਆਂ ਖੜੀਆਂ, ਡਰਾਈਵਰ ਵਿਹਲੇ ਨੇ। 10 ਤੋਂ 15 ਦਿਨ ਦਾ ਜਿਹੜਾ ਸਮਾਂ ਹੋ ਚੁੱਕਿਆ ਇਹਨਾਂ ਨੂੰ ਗੱਡੀਆਂ ਇੱਥੇ ਖੜਾਇਆ ਨੂੰ, ਰੋਜ਼ ਸਵੇਰੇ ਆਉਂਦੇ ਨੇ, ਸਵੇਰੇ ਆ ਕੇ ਇਸੇ ਤਰੀਕੇ ਨਾਲ ਗੱਡੀਆਂ ਖੜਾ ਕੇ ਸ਼ਾਮ ਨੂੰ ਗੱਡੀਆਂ ਇੱਥੋਂ ਵਾਪਸ ਹੋ ਜਾਂਦੀਆਂ। ਕਾਰਨ ਇਹ ਹੈ ਕਿ ਜਿਹੜਾ ਹਿਮਾਚਲ ਦੇ ਬਾਰਾਮੂਲਾ ਰੋਡ ਦੇ ਉੱਤੇ ਰੋਹਤਾਂਗ ਤੋਂ ਬਾਰਾਮੂਲਾ ਰੋਡ ਤੇ ਜਿਹੜਾ ਇੰਸੀਡੈਂਟ ਹੋਇਆ ਸੀ, ਜਿਹੜੇ ਹਿਮਾਚਲ ਦੇ ਗੱਡੀਆਂ ਜਿਹੜੀ ਉੱਥੋਂ ਦੇ ਡਰਾਈਵਰ ਹੈਗੇ ਆ ਉਹਨਾਂ ਨੇ ਪੰਜਾਬ ਦੇ ਡਰਾਈਵਰ ਦੇ ਨਾਲ ਕੁੱਟਮਾਰ ਕੀਤੀ, ਬੜੇ ਬੁਰੇ ਤਰੀਕੇ ਨਾਲ ਉਹਦੀ ਗੱਡੀ ਤੋੜੀ। ਉਸ ਤੋਂ ਬਾਅਦ ਵੀ ਕਈ ਤਸਵੀਰਾਂ ਸਾਹਮਣੇ ਆਈਆਂ ਕਿ ਹੋਰ ਵੀ ਜਿਹੜੇ ਡਰਾਈਵਰ ਸੀ ਉਹਨਾਂ ਦੀ ਗੱਡੀਆਂ ਤੋੜੀਆਂ ਗਈਆਂ, ਜਿਹੜੀਆਂ ਸਵਾਰੀਆਂ ਸੀ ਉਹਨਾਂ ਨਾਲ ਬਦਸਲੂਕੀ ਕੀਤੀ ਗਈ। ਤਾਂ ਇਸ ਕਰਕੇ ਇੱਕ ਵੱਡੇ ਘਾਟੇ ਦੇ ਵਿੱਚ ਪੰਜਾਬ ਦਾ ਜਿਹੜਾ ਇੱਕ ਟੂਰ ਐਂਡ ਟਰੈਵਲਸ ਵਾਲੇ ਜਿਹੜੇ ਹੈਗੇ ਆ ਉਹ ਵੀ ਲੋਸ ਜਾ ਰਿਹਾ। ਤੇ ਇਹ ਲਿਬਰਟੀ ਚੌਂਕ 'ਚ ਫਰੈਂਡਸ ਟੂਰ ਐਂਡ ਟਰੈਵਲ ਵਾਲੇ ਆ ਜਿਨ੍ਹਾਂ ਦਾ ਕੰਮ ਬਿਲਕੁਲ ਠੱਪ ਹੈ, ਤਾਂ ਵਿਸ਼ਵਕਰਮਾ ਟੈਕਸੀ ਸਟੈਂਡ ਵੀ ਹੈਗਾ ਇੱਥੇ, ਤਾਂ ਦੇਖ ਸਕਦੇ ਹੋ ਕੰਮ ਠੱਪ ਕਿਉਂ ਹੈ ਕਿਉਂਕਿ ਹਿਮਾਚਲ ਦੇ ਵਿੱਚ ਕੋਈ ਵੀ ਆਪਣੀ ਗੱਡੀ ਲੈ ਕੇ ਨਹੀਂ ਜਾ ਰਿਹਾ। ਜਾਣਾ ਇਸ ਕਰਕੇ ਨਹੀਂ ਜਾ ਰਿਹਾ ਕਿਉਂਕਿ ਉੱਥੇ ਖਤਰਾ ਹੈ।
ਖਤਰਾ ਇਹ ਹੈਗਾ ਕਿ ਕੋਈ ਵੀ ਕਿਸੇ ਵੇਲੇ ਵੀ ਇਹਨਾਂ ਦੇ ਅਟੈਕ ਕਰ ਸਕਦਾ, ਕੋਈ ਡਲਾ ਮਾਰ ਸਕਦਾ, ਗੱਡੀ ਤੋੜ ਸਕਦਾ ਜਾਂ ਕੁਛ ਬੰਦੇ ਇਕੱਠੇ ਹੋ ਕੇ ਇਹਨਾਂ ਦੇ ਹਮਲਾ ਕਰ ਸਕਦਾ। ਮਜਬੂਰੀ ਦੇ ਵਿੱਚ ਜਿੰਨੇ ਵੀ ਟੈਕਸੀ ਦੇ ਡਰਾਈਵਰ ਹੈਗੇ ਆ ਇਹ ਸਾਰੇ ਵਿਹਲੇ ਬੈਠੇ, ਬੜੇ ਮਾਯੂਸ ਹੈ ਕਿਉਂਕਿ ਇਹ ਜਿਹੜਾ ਸਮਾਂ ਹੈਗਾ ਬੜਾ ਕੀਮਤੀ ਸਮਾਂ ਹੁੰਦਾ ਜਿਹੜੇ ਟੂਰ ਲੱਗਦੇ ਨੇ ਹਿਮਾਚਲ ਦੇ, ਉਸ ਟੂਰ ਦੇ ਜ਼ਰੀਏ ਇਹਨਾਂ ਦਾ ਸਾਰਾ ਜਿਹੜਾ ਸੀਜ਼ਨ ਉਹ ਨਿਕਲਦਾ। ਪਰ ਇਸ ਵਾਰੀ ਇੱਕ ਵੱਡਾ ਲਾਸ ਹੋ ਰਿਹਾ, ਪਿੱਛੇ ਵੀ ਦਿਖਾ ਦੇਣਾ ਡਰਾਈਵਰ ਜਿਹੜੇ ਨੇ ਵਿਹਲੇ ਬੈਠ ਕੇ ਟਾਈਮ ਪਾਸ ਕਰਾਂ ਕਿ ਕੋਈ ਇਹਦਾ ਹੱਲ ਨਿਕਲੇ। ਇਹ ਜ਼ਿੰਮੇਵਾਰੀ ਬਣਦੀ ਹੈ ਹਿਮਾਚਲ ਦੀ ਸਰਕਾਰ ਦੀ ਵੀ, ਆਖਰ ਇਹ ਜਿਹੜਾ ਪੰਜਾਬ ਦੇ ਡਰਾਈਵਰਾਂ ਦੇ ਨਾਲ ਜੋ ਕੀਤਾ ਗਿਆ ਉਹਦਾ ਨਿਪਟਾਰਾ ਜਿਹੜਾ ਜਲਦੀ ਹੋਣਾ ਚਾਹੀਦਾ। ਸੈਂਕੜੇ ਹੀ ਟੈਕਸੀ ਯੂਨੀਅਨ ਵਾਲੀ ਜਿਹੜੀਆਂ ਹੈਗੀਆਂ ਪੰਜਾਬ ਦੇ ਜਿੰਨੇ ਵੀ ਟੈਕਸੀ ਚਾਲਕ ਹੈਗੇ ਆ ਗੱਡੀਆਂ ਲੈ ਕੇ ਜਾਂਦੇ ਨੇ, ਉਹਨਾਂ ਦਾ ਬਹੁਤ ਵੱਡਾ ਲਾਸ ਹੋ ਰਿਹਾ। ਇੱਥੇ ਜਿੰਨੀਆਂ ਵੱਡੀਆਂ ਗੱਡੀਆਂ, ਛੋਟੀਆਂ ਗੱਡੀਆਂ, ਸਾਰੀਆਂ ਜਿਹੜੀਆਂ ਇਸ ਵਕਤ ਹਿਮਾਚਲ ਦੇ ਸੜਕਾਂ ਤੇ ਦੌੜਦੀਆਂ, ਉਹਨਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਡਰ ਪੈਗਾ ਵੀ ਆਖਰਕਾਰ ਜੇ ਅਸੀਂ ਗੱਡੀ ਲੈ ਕੇ ਜਾਂਦੇ ਹਾਂ ਤਾਂ ਸਾਡੇ ਉੱਤੇ ਕੋਈ ਹਮਲਾ ਨਾ ਕਰਦੇ। ਤਾਂ ਇਸੇ ਡਰ ਨੂੰ ਲੈ ਕੇ ਹਿਮਾਚਲ ਦੇ ਵਿੱਚ ਪੰਜਾਬ ਦੀ ਕੋਈ ਵੀ ਜਿਹੜੀ ਗੱਡੀ ਆ ਡਰਾਈਵਰ ਲੈ ਕੇ ਨਹੀਂ ਜਾ ਰਹੇ। ਪ੍ਰਾਈਵੇਟ ਤੌਰ ਤੇ ਲੋਕ ਆਪ ਜਾ ਰਹੇ ਆ ਪਰ ਜਿਹੜੇ ਡਰਾਈਵਰ ਨੇ ਉਹ ਜਿਹੜੇ ਆ ਨਹੀਂ ਜਾ ਰਹੇ ਕਿਉਂਕਿ ਉਹਨਾਂ ਨੂੰ ਡਰ ਲੱਗਦਾ ਵੀ ਕਿਤੇ ਕੋਈ ਨਾ ਕੋਈ ਸਾਡੇ ਤੇ ਕੋਈ ਅਟੈਕ ਨਾ ਹੋ ਜਾਏ, ਕੋਈ ਹਮਲਾ ਨਾ ਹੋ ਜਾਏ। ਤਾਂ ਇੱਧਰ ਵੀ ਦੇਖ ਸਕਦੇ ਹੋ, ਇੱਧਰ ਵੀ ਗੱਡੀਆਂ ਬਹੁਤ ਖੜੀਆਂ ਹੋਈਆਂ। ਜਿੰਨਾ ਪੂਰੇ ਬਠਿੰਡੇ ਦੀ ਗੱਲ ਕਰੇ, ਪੂਰੇ ਪੰਜਾਬ ਦੇ ਜਿਹੜੇ ਟੈਕਸੀ ਚਾਲਕ ਹੈਗੇ ਆ ਉਹਨਾਂ ਨੇ ਹਿਮਾਚਲ ਤੋਂ ਕਿਨਾਰਾ ਕਰ ਲਿਆ ਵੀ ਹਿਮਾਚਲ ਜਾਣਾ ਹੀ ਨਹੀਂ ਜਦ ਤੱਕ ਕੋਈ ਉੱਥੋਂ ਦੀ ਸਰਕਾਰ ਜਾਂ ਉੱਥੋਂ ਦਾ ਪ੍ਰਸ਼ਾਸਨ ਕੋਈ ਪੱਕੇ ਤੌਰ ਤੇ ਪ੍ਰਬੰਧ ਨਹੀਂ ਕਰਦਾ, ਕਿਉਂਕਿ ਜਿਹੜੀ ਇਹ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਵੀ ਇੱਕ ਦੋ ਵੀਡੀਓ ਸਾਹਮਣੇ ਆਈਆਂ ਕਿ ਜਿਹੜੇ ਲੋਕ ਆਪਣੇ ਪ੍ਰਾਈਵੇਟ ਤੌਰ ਤੇ ਆਪਣੀ ਕਾਰ ਦੇ ਵਿੱਚ ਜਾ ਰਿਹਾ ਤਾਂ ਉਹਨਾਂ ਦੇ ਨਾਲ ਵੀ ਧੱਕਾ ਮੁੱਕੀ, ਜਿਹੜੇ ਉੱਥੋਂ ਦੇ ਡਰਾਈਵਰ ਹੈਗੇ ਆ ਚਾਹੇ ਉੱਥੋਂ ਦੀਆਂ ਬੱਸਾਂ ਵਾਲੇ ਹੈਗੇ ਆ ਉਹ ਧੱਕਾ ਕਰ ਰਿਹਾ। ਇਹਦਾ ਇਹ ਮਾਮਲਾ ਕੀ ਹੈਗਾ, ਮਾਮਲਾ ਕਿਤੇ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਚੰਡੀਗੜ੍ਹ ਏਅਰਪੋਰਟ ਤੇ ਜਿਹੜਾ ਕੰਗਣਾ ਰਣਾਵਤ ਦੇ ਜਿਹੜਾ ਕੁਲਵਿੰਦਰ ਕੌਰ ਨਾਮ ਦੀ ਜਿਹੜੀ ਕੁੜੀ ਆ ਉਹਨੇ ਜਿਹੜਾ ਥੱਪੜ ਮਾਰਿਆ ਸੀ, ਕਿਤੇ ਨਾ ਕਿਤੇ ਉਹਦੀ ਵੀ ਰੰਜਿਸ਼ ਦੀ ਗੱਲਾਂ ਹੋ ਰਹੀ ਵੀ ਉਸ ਦੇ ਕਰਕੇ ਪੰਜਾਬੀਆਂ ਨਾਲ ਖੁੰਦਕ ਕੱਢੀ ਜਾ ਰਹੀ ਹੈ। ਪਰ ਇਹ ਕਾਰੋਬਾਰ ਠੱਪ ਹੋਣ ਦੇ ਨਾਲ ਤੁਸੀਂ ਦੇਖੋ ਇੰਨਾ ਵੱਡਾ ਲਾਸ ਟੈਕਸੀ ਚਾਲਕਾਂ ਨੂੰ ਪੈ ਰਿਹਾ ਵੀ ਇਹਨਾਂ ਕੋਲ ਹੋਰ ਕੋਈ ਟੂਰ ਨਹੀਂ ਹੈਗਾ। ਜੰਮੂ ਕਸ਼ਮੀਰ ਵਾਲੇ ਪਾਸੇ ਜਿਹੜਾ ਕਹਿ ਸਕਦੇ ਹਾਂ ਕਿ ਉੱਥੇ ਜਿਹੜਾ ਸੇਫ ਹੈਗਾ ਉਸ ਪਾਸੇ ਸੇਫ ਹੈ, ਪਰ ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਡਰਾਈਵਰ ਹੈਗੇ ਜਿਨ੍ਹਾਂ ਨੇ ਗੱਡੀਆਂ ਲੈ ਕੇ ਆਪਣੀ ਜਾਣੀ ਹੈ ਉਹ ਹਿਮਾਚਲ ਤੋਂ ਹੁਣ ਕਰਾਰਾ ਕਰ ਬੈਠੇ। ਹਿਮਾਚਲ ਦੇ ਵਿੱਚ ਕੋਈ ਵੀ ਜਿਹੜੀ ਕਾਰ ਹੈ ਉਹ ਨਹੀਂ ਐਂਟਰ ਕਰ ਰਹੀ, ਤਾਂ ਡਰਾਈਵਰ ਜਿਹੜੇ ਇੱਥੋਂ ਦੇ ਜਿੰਨੇ ਵੀ ਡਰਾਈਵਰ ਹੈਗੇ ਸਾਰੇ ਵੇਲੇ ਬੈਠੇ, ਤਾਂ ਇਹਨਾਂ ਦੇ ਜਿਹੜੀ ਇੱਥੋਂ ਟੈਕਸੀ ਟਰੈਵਲ ਜਿਹੜੇ ਹੈਗੇ ਯੂਨੀਅਨ ਦੇ ਜਿਹੜੇ ਪ੍ਰਧਾਨ ਨੇ ਇੰਦਰ ਉਹਨਾਂ ਨਾਲ ਗੱਲ ਕਰਾਂਗੇ ਕਿਉਂਕਿ ਇੱਕ ਬਹੁਤ ਵੱਡੀ ਮੁਸ਼ਕਲ ਦੇ ਵਿੱਚੋਂ ਜਿਹੜੇ ਟੈਕਸੀ ਚਾਲਕ ਨਿਕਲ ਕੇ ਆ ਰਹੇ ਆ ਤਾਂ ਇਹਨਾਂ ਦਾ ਸਾਰਿਆਂ ਦਾ ਕੰਮ ਠਾਪਾ, ਕਰੀਬ 15 ਦਿਨ ਦਾ ਜਿਹੜਾ ਸਮਾਂ ਉਹ ਹੋ ਚੁੱਕਿਆ, ਇੱਕ ਵੀ ਗੱਡੀ ਜਿਹੜੀ ਹੈ ਉਹ ਹਿਮਾਚਲ ਨਹੀਂ ਜਾ ਰਹੀ। ਤਾਂ ਬਾਈ ਇੰਦਰ ਸਾਡੇ ਨਾਲ ਬਾਈ ਜੀ ਬੜਾ ਵੱਡਾ ਲਾਸ ਚੱਲ ਰਿਹਾ, ਇਹ ਸੀਜ਼ਨ ਸੀਗਾ ਇਸ ਪੀਕਾਕਸ ਤੇ ਚੰਗੇ ਪੈਸੇ ਕਮਾਉਣੇ ਹੁੰਦੇ ਆ। ਇਹ ਘਟਨਾ ਕੀ ਕੋਈ ਗੱਲਬਾਤ ਨਿਪਟ ਰਹੀ ਹੈ, ਕੋਈ ਚੜ੍ਹ ਰਹੀ ਸਿਰੇ, ਕੀ ਪੰਜਾਬ ਦੀ ਐਸੋਸੀਏਸ਼ਨ ਕੋਈ ਗੱਲ ਕਰ ਰਹੀ ਹੈ ਉੱਥੇ ਹਿਮਾਚਲ ਵਾਲਿਆਂ ਨਾਲ ਜਾਂ ਸਰਕਾਰ ਦੇ ਨਾਲ ਕੋਈ? ਪਹਿਲਾਂ ਸਤਿ ਸ੍ਰੀ ਅਕਾਲ ਤੁਹਾਡਾ। ਇਹੀ ਹੁਣ ਹਿਮਾਚਲ ਚ ਰਹੀ ਆ, ਹੁਣ 8 ਤਰੀਕ ਦੀ ਮੀਟਿੰਗ ਹੈਗੀ, ਉਦੋਂ ਦੱਸਣਗੇ ਵੀ ਕੀ ਬਣਦਾ ਹੈਗਾ। ਵੀ ਹਿਮਾਚਲ ਵਾਲੇ ਬਹੁਤ ਧੱਕਾ ਕਰ ਰਹੇ ਜੀ, ਸਾਡਾ ਇਹੀ ਰੁਜ਼ਗਾਰ ਹੈ, ਕਿਉਂਕਿ ਹੁਣ ਕੋਈ ਜੇ ਖੜੇ ਹੁੰਦੇ ਹੈਗੇ ਕਦੇ ਬੱਟੇ ਮਾਰ ਜਾਂਦੇ ਆ, ਕੋਈ ਡਰਾਈਵਰ ਨੂੰ ਤੰਗ ਕਰਦੇ ਹੈਗੇ, ਵੀ ਹੁਣ ਸਾਡਾ ਬਹੁਤ ਨੁਕਸਾਨ ਹੋ ਰਿਹਾ ਹੈਗਾ। ਇਸ ਕਰਕੇ ਹਿਮਾਚਲ ਦਾ ਹੁਣ ਅਸੀਂ ਬਾਈਕਾਟ ਕਰ ਰਹੇ ਹਾਂਗੇ, ਵੀ ਅਸੀਂ ਇਹੀ ਕਹਿੰਦੇ ਹਾਂ ਵੀ ਜਿਹਨੇ ਘੁੰਮਣ ਜਾਣਾ ਹੈ ਸ਼੍ਰੀਨਗਰ ਜਾਓ ਜਾਂ ਹੋਰ ਪਾਸੇ ਵਗ ਜਾਓ, ਪਰ ਹਿਮਾਚਲ ਨਾ ਜਾਓ, ਕਿਉਂਕਿ ਸਾਡਾ ਤਾਂ ਨੁਕਸਾਨ ਹੋਣਾ, ਨਾਲ ਸਵਾਰੀ ਦਾ ਵੀ ਹੁੰਦਾ ਜੀ। ਹਾਂਜੀ ਬਾਈ, ਇਹ ਮੈਨੂੰ ਤਾਂ ਪਹਿਲੀ ਵਾਰ ਹੋਇਆ ਇਹ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ। ਹਾਲਾਂਕਿ ਪਹਿਲਾਂ ਮਾੜੀ ਮੋਟੀ ਤਾਂ ਜ਼ਰੂਰ ਹੁੰਦੀਆਂ, ਪਰ ਐਡੇ ਵੱਡੇ ਲੈਵਲ ਤੇ ਹਿਮਾਚਲ ਵਾਲੇ ਜੋ ਕਰ ਰਿਹਾ ਨਹੀਂ ਕਰਨਾ ਚਾਹੀਦਾ? ਹਾਂਜੀ ਹਾਂਜੀ, ਜ਼ਰੂਰ ਨਹੀਂ ਕਰਨਾ ਚਾਹੀਦਾ। ਇਹ ਪਹਿਲਾਂ ਤਾਂ ਮਾੜੇ ਮੋਟੇ ਜਿਹੜੇ ਸ਼ਰਾਰਤੀ ਅੰਸਰ ਹੈ ਉਹ ਸ਼ਰਾਰਤਾਂ ਕਰਦੇ ਸੀਗੇ, ਪਰ ਹੁਣ ਹਿਮਾਚਲ ਦੇ ਜਿਹੜੇ ਵੀ ਉੱਥੇ ਹੈਗੇ ਟੈਕਸੀ ਵਾਲੇ ਆ ਉਹ ਵੀ ਧੱਕਾ ਕਰਨ ਲੱਗ ਗਏ ਜੀ ਇਹ।
ਜਾਣ ਬੁੱਝ ਕੇ ਮੂਹਰੇ ਕੱਟ ਮਾਰਦੇ ਆ ਗਈ, ਫਿਰ ਉਹਨੂੰ ਡਰਾਈਵਰ ਦੇ ਕੁੱਟ ਮਾਰ ਕਰਦੇ ਆ, ਗੱਡੀਆਂ ਦੀ ਤੋੜ ਭੰਨ ਕਰਦੇ ਜੀ, ਬਹੁਤ ਨੁਕਸਾਨ ਹੋ ਜਾਂਦਾ ਜੀ। ਹੁਣ ਡਰਾਈਵਰ ਵੀ ਕੀ ਕਰੇ ਜੀ, ਉਹ ਮਾਲਕ ਕਹਿ ਦਿੰਦਾ ਗਾ ਵੀ ਤੇਰੀ ਗਲਤੀ ਹੋਊਗੀ, ਇਸ ਕਰਕੇ ਫਿਰ ਡਰਾਈਵਰ ਨੂੰ ਰੋਜ਼ਾਨਾ ਭਰਨਾ ਪੈਂਦਾ ਜੀ। ਮਤਲਬ ਇਹੀ ਚੀਜ਼ਾਂ ਤੋਂ ਡਰਦੇ ਹੋਏ ਤੁਸੀਂ ਫੈਸਲਾ ਕੀਤਾ ਕਿ ਹਿਮਾਚਲ ਗੱਡੀ ਨਹੀਂ ਜਾਓ? ਹਾਂਜੀ ਹਾਂਜੀ, ਅਸੀਂ ਵੀ ਹੁਣ ਹਿਮਾਚਲ ਦਾ ਬਾਈਕਾਟ ਕੀਤਾ ਵੀ ਹਿਮਾਚਲ ਨਾ ਜਾਓ, ਵੀ ਹੋਰ ਪਾਸੇ ਜਿੱਧਰ ਮਰਜ਼ੀ ਜਾਓ ਜੀ। ਹਾਂਜੀ ਹਾਂਜੀ, ਜੰਮੂ ਕਸ਼ਮੀਰ ਲੋਸ ਵੀ ਵੱਡਾ ਹੋ ਰਿਹਾ, ਪਰਿਵਾਰ ਪਾਲਣੇ, ਕਿਸ਼ਤਾਂ ਚੱਲਦੀਆਂ ਲੋਕਾਂ ਦੀਆਂ, ਸਕੂਲਾਂ ਦੀ ਫੀਸਾਂ ਬੱਚਿਆਂ ਦੀਆਂ। ਹਾਂਜੀ, ਹੁਣ ਜਮਾ ਹੀ ਬੇਕਾਰ, ਜਮਾ ਹੀ ਕੋਈ ਰੁਜ਼ਗਾਰ ਨਹੀਂ ਰਿਹਾ ਜੀ। ਹੁਣ ਇੱਥੇ ਤਾਂ ਤੁਹਾਨੂੰ ਪਤਾ ਹੀ ਆ ਪੰਜਾਬ 'ਚ ਕਿਹੜਾ ਗਈ, ਬਾਹਰ ਘੁੰਮਣ ਜਾਂਦੇ ਹੈਗੇ, ਹੁਣ ਫੀਸਾਂ ਜਵਾਬ ਦੇ, ਘਰ ਦੇ ਖਰਚੇ ਆ, ਕਿਸ਼ਤਾਂ, ਹੁਣ ਦੋ ਦੋ ਕਿਸ਼ਤਾਂ ਟੁੱਟ ਗਈਆਂ ਜੀ। ਕੰਗਣਾ ਰਾਉਤ ਦੇ ਬਾਈ ਜਿਹੜਾ ਥੱਪੜ ਮਾਰਿਆ ਸੀਗਾ, ਉਹ ਵੀ ਗੱਲ ਕਿਤੇ ਨਾ ਕਿਤੇ ਸਾਹਮਣੇ ਆ, ਕਹਿੰਦੇ ਉਹ ਸੀਨ ਨੂੰ ਵੀ ਜੋੜ ਕੇ ਲੋਕ ਦੇਖਦੇ ਹੋਏ ਆ। ਹਾਂਜੀ, ਵਿੱਚ ਕਈ ਵਿੱਚ ਉਹ ਵੀ ਜੋੜੀ ਜਾਂਦੇ ਹੈਗੇ, ਉਹ ਤਾਂ ਜੀ ਜਿਹੋ ਜਿਹਾ ਵੀ ਜਿਹੋ ਜਿਹਾ ਦਾਣਾ ਪਾਵਾਂਗੇ ਜੀ ਉਹ ਜਿਹਾ ਹੀ ਹੈਗਾ। ਹਾਂਜੀ, ਵੀ ਉਹ ਜੋ ਹੈਗਾ ਉਹਨਾਂ ਨੇ ਗਲਤ ਬੋਲਿਆ ਹੈਗਾ, ਵਾਰਡਿੰਗ ਕੀਤੀ ਹੈ, ਤੇ ਉਹ ਜਿਹੀ ਸਜ਼ਾ ਮਿਲੀ ਉਹਨਾਂ ਨੂੰ। ਆਪਸੀ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ, ਕਿਉਂਕਿ ਜਿੰਨਾ ਵੀ ਹਿਮਾਚਲ ਦਾ ਟੂਰਿਜ਼ਮ ਹੈਗਾ, ਪੰਜਾਬ ਦੀ ਦੁਨੀਆ ਬਹੁਤ ਜਾਂਦੀ ਹੈ ਉੱਥੇ, ਸਭ ਤੋਂ ਵੱਧ ਮੇਲਾ ਦਾ ਸਾਰਾ ਸਾਲ ਹੀ ਪੰਜਾਬ ਦੇ ਲੋਕ ਜਾਂਦੇ ਆ। ਜੇ ਜੀ ਹਿਮਾਚਲ 'ਚ ਜੇ ਪੰਜਾਬ ਦੇ ਜਾਣ ਲੱਗ ਗਏ ਨਾ, ਬੰਦ ਹੋ ਗਏ ਜਾਣੋ, ਤਾਂ ਜੀ ਉਹ ਭੁੱਖੇ ਮਰਨਗੇ ਜੀ। ਉਹ ਸਿਰਫ ਹਿਮਾਚਲ ਸੀਗਾ ਪੰਜਾਬ ਦੇ ਟੈਕਸੀਆਂ ਕਰਕੇ, ਉਹਨਾਂ ਕਰਕੇ ਹੀ ਸੀਗੇ ਜਿਹੜੇ ਘੁੰਮਣ ਜਾਂਦੇ ਹੈਗੇ। ਹੁਣ ਤਾਂ ਜਮਾਂ ਹੀ ਬਾਈਕਾਟ ਹੋ ਗਿਆ, ਹੁਣ ਤਾਂ ਬਸ ਹੋਰ ਪਾਸੇ ਵਗ ਜਾਂਦੇ, ਪਰ ਇੱਧਰ ਹਿਮਾਚਲ, ਹਾਂ ਕਸ਼ਮੀਰ ਵਗ ਜਾਂਦੇ ਆ, ਪਰ ਇੱਧਰ ਜਮਾਂ ਹੀ ਬਾਈਕਾਟ ਕਰਤੇ ਜੀ। ਹਾਂਜੀ ਬਾਈ, ਕਿੰਨਾ ਕੁ ਡਰ ਪੈਗਾ ਮਨ ਦੇ ਵਿੱਚ, ਗੱਡੀਆਂ ਵੀ ਸਾਰੀਆਂ ਬੰਦ ਹੋ ਗਈਆਂ? ਡਰ ਤਾਂ ਬਾਈ ਜੀ ਉਹ ਹੁਣ ਹੈਗਾ ਹੀ ਆ ਜੀ, ਹੁਣ ਇੱਕ ਬੰਦੇ ਨੂੰ 10-10 ਜਾਣੇ ਜਦੋਂ ਪੈਂਦੇ ਆ, ਤੇ ਉਹਦੇ ਕਰਕੇ ਡਰ ਤਾਂ ਲੱਗਦਾ ਜੀ। ਹੁਣ ਵੀ ਚੰਗੇ ਚੰਗੇ ਹੱਟੇ ਕੱਟੇ ਮੁੰਡੇ ਸਾਡੇ ਜਦੋਂ ਰੋਂਦੇ ਦੇਖਦੇ ਆ ਅਸੀਂ, ਹਨਾ ਸੱਟਾਂ ਲੱਗੀਆਂ ਦੇਖਦੇ ਉਹਨਾਂ ਦੇ, ਤੇ ਡਰ ਤਾਂ ਪੈਂਦਾ ਹੀ ਆ ਜੀ। ਵੀ ਹੁਣ ਇਕੱਲੇ ਬੰਦਾ ਉੱਧਰ ਕੁਛ ਨੀ ਬਣਦਾ ਜੀ, 10 ਜਾਣੇ ਆਪਾਂ ਨੂੰ ਕੋਈ ਪੈ ਜਾਣ ਤੇ ਇਕੱਲੇ ਬੰਦਾ ਕੁਛ ਨੀ ਬਣਦਾ ਉੱਥੇ। ਬਾਰਾਮੂਲਾ ਰੋਹਤਾਂਗ ਵਾਲਾ ਉਸ ਜਗ੍ਹਾ ਤੇ ਸਾਰਾ? ਹਾਂਜੀ ਹਾਂਜੀ ਹਾਂਜੀ, ਉਸੇ ਜਗ੍ਹਾ ਤੇ ਰੌਲਾ ਪਿਆ ਜੀ, ਬਾਕੀ ਹੋਰ ਵੀ ਕਾਫੀ ਜਗ੍ਹਾ ਉੱਤੇ ਰੌਲਾ ਪਿਆ ਜੀ। ਮਤਲਬ ਉਹ ਵੀ ਨਿਬੇੜਨ ਦੇ ਚੱਕਰ ਚ ਨਹੀਂ ਲੱਗਦੇ? ਨਹੀਂ ਜੀ, ਸਾਨੂੰ ਤਾਂ ਨੀ ਲੱਗਦਾ ਵੀ ਉਹ ਨਿਬੇੜਨ ਦੇ ਚੱਕਰ ਦੇ ਵਿੱਚ ਆ, ਵੀ ਦਿਨੋ ਦਿਨ ਰੌਲਾ ਵੱਧ ਹੀ ਜਾਂਦਾ, ਕਦੇ ਨਾ ਕਦੇ ਵੀ 2-4 ਦਿਨਾਂ ਬਾਅਦ ਕੋਈ ਨਾ ਕੋਈ ਇਹੋ ਜਿਹਾ ਬਵਾਲ ਮੱਚੇ ਰਹਿੰਦਾ ਜੀ। ਮੈਨੂੰ ਲੱਗਦਾ ਹੁਣ ਪੰਜਾਬ ਦੇ ਲੋਕਾਂ ਨੂੰ ਬਾਈ ਸਬਕ ਸਿਖਾਉਣਾ ਪਊਗਾ, ਹਿਮਾਚਲ ਵਾਲੇ ਜੇ ਗੁੰਡਾਗਰਦੀ ਉਤਰੇ ਹੋਏ ਆ, ਤਾਂ ਰੂਟ ਛੱਡ ਦੋ, ਬੜੇ ਹੋਰ ਜਗ੍ਹਾ ਹੈਗੀ ਆ, ਕਸ਼ਮੀਰ ਬਹੁਤ ਵੱਡਾ ਹੈਗਾ, ਉੱਥੇ ਵੀ ਘੁੰਮਣ ਜਾ ਸਕਦੇ। ਹਾਂਜੀ ਹਾਂਜੀ, ਹੁਣ ਬਾਕੀ 8 ਤਰੀਕ ਨੂੰ ਸਾਰੇ ਆਪਣੇ ਯੂਨੀਅਨ ਨੇ ਕੀਤਾ ਗਾ ਸਮਝੌਤਾ, ਵੀ ਹੁਣ 8 ਤਰੀਕ ਤੋਂ ਬਾਅਦ ਸਾਰੇ ਇਹੀ ਕਰਨਗੇ ਵੀ ਹਿਮਾਚਲ ਜਾਣੇ ਨੀ ਗਾ ਜੀ, ਪੰਜਾਬ ਵਾਲੇ ਜੀ। ਹਾਂਜੀ, ਹੁਣ ਕਈ ਤਾਂ ਡਰਾਈਵਰ ਇਕੱਲੇ ਇਕੱਲੇ ਆ ਜੀ, ਕਮਾਉਣ ਵਾਲੇ ਉਹੀ ਹੈਗੇ, ਜੇ ਉਹਨਾਂ ਦੇ ਸੱਟਾਂ ਫੇਟਾਂ ਵਰ ਗਈਆਂ ਜਾਂ ਮੌਤ ਹੋ ਗਈ, ਫਿਰ ਉਹ ਸਾਰੇ ਘਰ ਹੀ ਉੱਜੜ ਜਾਣਗੇ ਜੀ। ਪੁਲਿਸ ਵਾਲੇ ਵੀ ਨੀ ਕੁਛ ਕਰਦੇ, ਪੁਲਿਸ ਵਾਲੇ ਨੂੰ ਕੰਪਲੇਂਟ ਕਰਦੇ, ਉਹ ਸੁਣਦੀ ਨੀ ਕਿਸੇ ਦੀ ਗੱਲ ਜੀ। ਹਾਂਜੀ, ਬਸ ਇਹੀ ਲੋਕਾਂ ਨੂੰ ਕਿਤੇ ਨਾ ਕਿਤੇ ਜਵਾਬ ਦੇਣਾ ਪਊਗਾ ਬਾਈ, ਲੱਗਦਾ ਹੁਣ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਾ ਪਊਗਾ, ਇਹਨਾਂ ਨੂੰ ਕਿਨਾਰਾ ਕਰਨਾ ਪਊਗਾ ਹਿਮਾਚਲ ਤੋਂ। ਲੱਗਦਾ ਹੈ ਜੀ, ਪੂਰੇ ਹੀ ਲੱਗਦਾ ਹੈਗਾ, ਜਦੋਂ ਇਹ ਧੱਕਾ ਕਰਦੇ ਹੈਗੇ, ਇੱਕ ਬੰਦੇ ਨੂੰ 10-10 ਜਣੇ ਘੇਰ ਕੇ ਕੁੱਟਦੇ ਆ, ਤਾਂ ਉਹਦੇ ਪ੍ਰਤੀ ਇਹ ਬਹੁਤ ਮਾੜਾ ਚੱਲ ਰਿਹਾ ਕੰਮ ਹੈ ਜੀ, ਹਨਾ। ਇਹ ਤਾਂ ਸਾਡਾ, ਨਾਲੇ ਤਾਂ ਸਾਡਾ ਕੰਮ ਰੁਕਦਾ, ਨਾਲੇ ਹਿਮਾਚਲ ਦਾ ਵੀ ਕੰਮ ਰੁਕਦਾ ਜੀ। ਦੇਖਿਆ ਜਾਵੇ ਤਾਂ ਫਿਰ ਉਹ ਕਿੱਥੋਂ ਚੱਲੂ ਉਹਨਾਂ ਦਾ ਸਿਸਟਮ, ਪਿੱਛੇ ਜੇ ਹੜ ਆ ਗਿਆ ਸੀਗਾ, ਆਪਣੇ ਪੰਜਾਬ ਨੇ ਉਹਨਾਂ ਦੀ ਫੁੱਲ ਮਦਦ ਕੀਤੀ ਉੱਥੇ ਜਾ ਕੇ, ਹਨਾ, ਤੇ ਉਹ ਪੰਜਾਬ ਨਾਲ ਹੀ ਧੱਕਾ ਕਰ ਰਹੇ ਹੈ ਜੀ। ਬਾਰਾਮੂਲਾ ਰੋਡ ਤੇ ਜੀ ਲੇਹ ਨੂੰ ਸਿੱਧਾ ਜਾਂਦਾ ਉਹ, ਉੱਥੇ ਜੇ ਉਹਨਾਂ ਨੇ ਗੱਡੀਆਂ ਰੋਕ ਕੇ ਪੰਜਾਬੀਆਂ ਦੇ ਸੱਟਾਂ ਮਾਰੀਆਂ ਜੀ, ਤੇ ਉਹ ਕਿੱਡਾ ਮਾੜਾ ਕੰਮ ਕੀਤਾ ਉਹਨਾਂ ਨੇ, ਦੇਖੋ, ਹਨਾ। ਬਾਕੀ ਹੁਣ ਜੀ ਸਾਡੇ ਵੀ ਡਰਾਈਵਰਾਂ ਦੇ ਮਨ ਚ ਡਰ ਹੈ ਵੀ ਕਿਤੇ ਇਕੱਲੇ ਨੂੰ 10 ਜਣੇ ਪੈ ਗਏ, ਅਗਲਾ ਆਪਦੇ ਏਰੀਏ ਚ ਕੁਛ ਮਰਜ਼ੀ ਕਰ ਸਕਦਾ ਜੀ, ਦੇਖੋ, ਹਨਾ। ਤੇ ਬਾਕੀ ਹੁਣ ਅਸੀਂ ਤਾਂ ਇਹਨਾਂ ਨੂੰ ਅਪੀਲ ਕੀਤੀ ਹੈ ਵੀ ਵੀਰੇ ਇਹੋ ਜਿਹਾ ਕੰਮ ਨਾ ਕਰੋ ਤੁਸੀਂ, ਵੀ ਸਾਨੂੰ ਵੇਖੋ ਹੁਣ 29 ਤਰੀਕ ਨੂੰ ਆਹ ਪਿੱਛੇ 29 ਤਰੀਕ ਨੂੰ ਯਾਤਰਾ ਸਟਾਰਟ ਹੋਈ ਹੈ ਜੀ ਅਮਰਨਾਥ ਦੀ,
ਫਿਰ ਵੀ ਏਡਾ ਦੇਖੋ ਉੱਥੇ ਮਤਲਬ ਖਤਰਾ ਬਹੁਤ ਹੈ, ਪਰ ਉੱਥੇ ਆਰਮੀ ਤੌਰ ਤੇ ਕਿੰਨੀ ਆਪਣੀ ਸੇਫ ਕੀਤਾ ਜਾਂਦਾ ਹੈਗਾ, ਜਿੰਨੇ ਪੈਸੰਜਰ ਜਾਂਦੇ ਨੇ ਜਾਂ ਮੰਨ ਲਓ ਕੋਈ ਵੀ ਘੁੰਮਣ ਜਾਂਦਾ ਹੈਗਾ ਉਹਨੂੰ 1% ਵੀ ਤਕਲੀਫ਼ ਨੀ ਆਉਂਦੀ। ਉੱਥੋਂ ਹਿਮਾਚਲ ਦੇ ਪੁਲਿਸ ਵੀ ਉਹਨਾਂ ਦਾ ਸਾਥ ਦੇ ਰਹੀ ਹੈ, ਕਿਤੇ ਨਾ ਕਿਤੇ ਦੇਖਿਆ ਜਾ ਰਿਹਾ। ਜਦੋਂ ਹਿਮਾਚਲ ਦੀ ਪੁਲਿਸ ਉਹਨਾਂ ਨੂੰ ਰੋਕਦੀ ਨੀਗੀ ਵੀ ਇਹ ਪਰਦੇਸੀ ਬੰਦੇ ਆ ਜਾਂ ਪੰਜਾਬ ਦੇ ਆਏ ਆ, ਵੀ ਇਹਨਾਂ ਨੂੰ ਨਾ ਤੰਗ ਪਰੇਸ਼ਾਨ ਕੀਤਾ ਜਾਵੇ, ਇੱਕ ਇਹ ਟੂਰਿਸਟ ਵੇਚ ਤੇ ਘੁੰਮਣ ਆਏ ਇੱਥੇ, ਹੈਨਾ, ਤੇ ਉਹਨਾਂ ਨੂੰ ਕਿਉਂ ਤੰਗ ਕੀਤਾ ਜਾਂਦਾ। ਇਸ ਤਰ੍ਹਾਂ ਇਹ ਅਪੀਲ ਕਰਦੇ ਆ ਵੀ ਜਿੱਦਾਂ ਵੀ ਚੱਲ ਰਿਹਾ ਇਹਨੂੰ ਰੋਕਿਆ ਜਾਵੇ, ਹੈਨਾ ਜੀ, ਵੀ ਨਾਲੇ ਫਿਰ ਸਾਡਾ ਕੰਮ ਕਿੱਥੋਂ ਚੱਲੂਗਾ ਜੀ। ਬਿਲਕੁਲ ਬਾਈ ਜੀ, ਬੜੀਆਂ ਗੱਡੀਆਂ ਲੋਨਸ ਹੈਗੀਆਂ, ਕਿਸ਼ਤਾਂ ਹੈਗੀਆਂ ਪਰਿਵਾਰਾਂ ਦੇ, ਕਈਆਂ ਦੇ ਘਰ ਵੀ ਲੋਨ ਤੇ ਹੈਗੇ ਆ, ਗੱਡੀ ਚਲਾ ਕੇ ਕਿਸ਼ਤ ਭਰਨੀ ਹੁੰਦੀ ਹੈ, ਸਾਰਾ ਕੰਮ ਉਲਝ ਕੇ ਬਹਿ ਗਿਆ ਇੱਕ ਇਹਨਾਂ ਦੇ ਕਾਰਨ। ਮੈਨੂੰ ਕਿੰਨੀ ਪਰੇਸ਼ਾਨੀ, ਕਿੰਨੀ ਪਰੇਸ਼ਾਨੀ ਤਾਂ ਬਹੁਤ ਆਉਂਦੀ ਹੈ ਜੀ। ਮੇਰੇ ਕੋਲ 5 ਗੱਡੀਆਂ ਆਪਦੇ ਕੋਲ, ਠੀਕ ਹੈ ਜੀ, 5 ਦੀਆਂ ਕਿਸ਼ਤ ਟੁੱਟ ਗਈ ਹੈ ਇਹਦੀ, ਟੈਂਪੂ ਡਰਾਈਵਰ ਆ ਕਰੀਆਂ ਗੱਡੀਆਂ ਸਾਰੀਆਂ ਜੀ, ਇਹਦੇ ਹਿਮਾਚਲ ਦੇ ਕੰਮ ਕਰਕੇ ਸਾਰਾ ਕੁਛ ਲੱਸੀ ਹੋ ਗਿਆ ਜੀ। ਲੋਕਾਂ ਨੂੰ ਤਾਂ ਹੁਣ ਇਹੀ ਕਹਿਣਾ ਜੀ ਵੀ ਕੰਮ ਚੱਲੇ ਜੀ, ਹਨਾ, ਮੰਨ ਲਓ ਅਸੀਂ ਇਹੀ ਕਹਿੰਦੇ ਹਾਂ ਕਿ ਵੀ ਹਿਮਾਚਲ ਜਾਣ ਨਾਲੋਂ ਬਹੁਤ ਵਧੀਆ ਇਲਾਕਾ ਹੈਗਾ ਜੀ, ਆਪਣੇ ਕਸ਼ਮੀਰ ਦਾ, ਆਪਣੇ ਇੰਡੀਆ ਦਾ ਇੱਕ ਹਿੱਸਾ ਹੈ ਉਹ, ਵੀ ਉੱਥੇ ਜਾ ਕੇ ਕਿਉਂ ਨਾ ਉਹ ਵੀ ਚੀਜ਼ ਦੇਖੀ ਜਾਵੇ, ਹਨਾ ਜੀ। ਬਹੁਤ ਸੋਹਣੇ ਆਪਣੇ ਮੰਨ ਲਓ ਵੀ ਵਿਊ ਪੁਆਇੰਟ ਬਣੇ ਹੋਏ ਆ ਜਿਹੜੇ ਕਸ਼ਮੀਰ ਦੇ ਵਿੱਚ ਵੀ ਹੈਗੇ ਨੇ, ਹਿਮਾਚਲ ਨਾਲੋਂ ਕਿਤੇ ਸੋਹਣੇ ਨੇ ਉਹ। ਬਾਕੀ ਜੇ ਮੰਨ ਲਓ ਵੀ ਆਪਾਂ ਤਾਂ ਇਹ ਅਪੀਲ ਕਰਦੇ ਹਾਂ ਵੀ ਜੇ ਆਪਣੇ 1 ਸਾਲ ਦੀ ਹਿਮਾਚਲ ਰੁਕ ਜੇ ਨਾ ਆਪਣਾ ਟੂਰਿਸਟ 1 ਸਾਲ, ਇਹਨਾਂ ਨੂੰ ਵੀ ਪਤਾ ਚੱਲ ਜਾਊਗਾ ਵੀ ਹਾਂ ਕਿਵੇਂ ਕਿਸੇ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ। ਬਈ ਆਖਰੀ ਸਵਾਲ ਹੈ, ਉਹਨਾਂ ਹਿਮਾਚਲ ਦੀ ਸਰਕਾਰ ਹੈਗੀ, ਦੇਸ਼ ਦੀ ਸਰਕਾਰ ਹੈਗੀ ਹੈ, ਉਹਨਾਂ ਨੂੰ ਕੀ ਮੰਗ ਕਰੋ? ਅਸੀਂ ਤਾਂ ਇਹੀ ਕਹਿੰਦੇ ਹਾਂ ਜੀ ਵੀ ਸਾਡੇ ਨਾਲ ਸਹਿਚਾਰ ਬਣਾ ਕੇ ਰੱਖਣ, ਜੇ ਉਹ ਸਾਡੇ ਨਾਲ ਸਹੀ ਰਹਿਣਗੇ ਅਸੀਂ ਵੀ ਉਹਨਾਂ ਨਾਲ ਸਹੀ ਹੈ, ਜੇ ਉਹ ਸਾਡੇ ਨਾਲ ਐਸਾ ਧੱਕਾ ਕਰਨਗੇ ਤਾਂ ਫਿਰ ਅਸੀਂ ਵੀ ਨਹੀਂ ਬਰਦਾਸ਼ਤ ਕਰਦੇ। ਬਿਲਕੁਲ, ਹਿਮਾਚਲ ਦੇ ਡਰਾਈਵਰ ਕਿਤੇ ਨਾ ਕਿਤੇ ਧੱਕੇਸ਼ਾਹੀ ਤੇ ਉਤਰੇ ਹੋਏ ਆ, ਉਹਦਾ ਵਿਰੋਧ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ। ਡਰ ਇੰਨਾ ਹੈਗਾ ਕਿ ਜਿੰਨੇ ਵੀ ਪੰਜਾਬ ਦੇ ਟੈਕਸੀ ਚਾਲਕ ਹੈਗੇ ਸਾਰਿਆਂ ਨੇ ਆਪਣੀਆਂ ਗੱਡੀਆਂ ਖੜਾ ਦੀਆਂ, 10 ਤੋਂ 15 ਦਿਨ ਦਾ ਸਮਾਂ ਹੋ ਗਿਆ, ਇੱਕ ਵੱਡੇ ਘਾਟੇ ਦੇ ਵਿੱਚ ਇਹਨਾਂ ਦਾ ਕਾਰੋਬਾਰ ਜਾ ਰਿਹਾ। ਤਾਂ ਉਮੀਦ ਕਰਦੇ ਹਾਂ ਕਿ ਜਿਹੜੀ ਸਰਕਾਰ ਹੈਗੀ ਹੈ, ਕੇਂਦਰ ਸਰਕਾਰ ਹੈਗੀ ਜਾਂ ਹਿਮਾਚਲ ਸਰਕਾਰ ਹੈਗੀ ਹੈ, ਇਸ ਮਾਮਲੇ ਨੂੰ ਜਿਹੜਾ ਇਹਦਾ ਸੰਗਿਆਨ ਲਵੇ, ਤੇ ਜਿਹੜਾ ਇੱਕ ਵੱਡਾ ਡਿਸਪਿਊਟ ਚੱਲ ਰਿਹਾ ਜਿਹਦੇ ਨਾਲ ਆਮ ਲੋਕਾਂ ਨੂੰ ਵੀ ਰਿਸਕ ਹੈਗਾ, ਆਮ ਡਰਾਈਵਰਾਂ ਦਾ ਲਾਸ ਹੁੰਦਾ ਜਾ ਰਿਹਾ, ਤੇ ਇਹ ਜਿਹੜਾ ਆਪਸੀ ਭਾਈਚਾਰਾ ਵੀ ਖਤਮ ਹੁੰਦਾ ਕਿਤੇ ਨਜ਼ਰ ਆ ਰਿਹਾ, ਇਹਨੂੰ ਬਰਕਰਾਰ ਰੱਖਣ ਵਾਸਤੇ ਸਰਕਾਰਾਂ ਨੂੰ ਅੱਗੇ ਆ ਕੇ ਕੋਸ਼ਿਸ਼ ਕਰਨੀ ਪਊਗੀ ਤੇ ਡਰਾਈਵਰਾਂ ਦੇ ਇਸ਼ੂ ਨੂੰ ਜਲਦੀ ਹੱਲ ਕਰਾਉਣਾ ਪਊਗਾ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਵੀ ਜ਼ਿਆਦਾ ਮਾਹੌਲ ਅੱਗੇ ਵਿਗੜ ਸਕਦਾ। ਕੈਮਰਾਮੈਨ ਪ੍ਰਿਤਪਾਲ ਦੇ ਨਾਲ ਅਮਿਤ ਸ਼ਰਮਾ, ਰੋਜ਼ਾਨਾ ਸਪੋਕਸਮੈਨ, ਬਠਿੰਡਾ।